ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਵਿਆਹ ਵਾਲੇ ਘਰ ਦੇ ਵਿੱਚ। ਆਪਾਂ ਕਦੋਂ ਦੇ ਤਾਂ ਉੱਠੇ ਹੋਏ ਆ, 10 ਵਜੇ ਤੇ ਵਿਆਹ ਵਾਲੇ ਮੁੰਡੇ ਦੀ ਧੂਈ ਧੂਦੀ ਆ ਭਾਈ, ਵਿਆਹ ਵਾਲੇ ਮੁੰਡੇ ਦੀ ਐ ਇੱਧਰ ਮਿਲਣੀ ਹੋ ਰਹੀ ਆ। ਹੋ ਗਈ ਆਪਾਂ 10 ਵਜੇ ਤੇ ਉੱਠ ਕੇ ਲੱਗੇ ਹੋਏ ਆ ਪ੍ਰੈਸਾਂ ਨੂੰ, ਤੇ ਹੁਣ ਆਪਾਂ ਕੋਕ ਪੀਨੇ ਆ ਬੈਠੇ, ਤੇ ਬਾਕੀ ਦੇ ਕੰਮ ਦੇਖੋ ਕਰਦੇ ਆ ਨਾਲ ਦੀ ਨਾਲ। ਪਹਿਲਾਂ ਸਿਹਤ ਜ਼ਰੂਰੀ ਆ, ਕੋਕ ਪੀ ਕੇ ਸਵੇਰ ਸਵੇਰ ਕੋਕ ਲਓ ਜੀ। ਕੰਮ ਕਰਦੇ ਕਰਾਉਂਦੇ ਆਪਾਂ ਨੂੰ 1 ਵੱਜ ਗਿਆ, ਤੇ ਹੁਣ ਅਸੀਂ ਜਾਣਾ ਹੈ ਥੋੜ੍ਹਾ ਜਿਹਾ ਖੰਨੇ, ਕਿਉਂਕਿ ਕੰਮ ਜ਼ਿਆਦਾ ਆਈ ਜਾਂਦੇ ਨੇ। ਪਹਿਲਾਂ ਤਾਂ ਮੇਰੇ ਨੇਲ ਐਕਸਟੈਂਸ਼ਨ ਦੇਖੋ। ਸੋ ਆਪਾਂ ਜਾਣਾ ਹੁਣ ਖੰਨੇ, ਤੇ ਚਲੋ ਫਿਰ ਫਟਾਫਟ ਨਹਾ ਧੋ ਕੇ ਹੋਈਏ ਰੈਡੀ, ਫਿਰ ਚੱਲਦੇ ਆਪਾਂ ਖੰਨੇ ਨੂੰ, ਤੇ ਕੀ ਰਹਿੰਦਾ ਲੈ ਕੇ ਆਈਏ ਸਮਾਨ। ਲਓ ਵੀ ਰੈਡੀ ਸ਼ੈਡੀ ਹੋ ਕੇ ਆਪਾਂ ਚੱਲੇ ਹੁਣ ਬਾਜ਼ਾਰ ਨੂੰ। ਚੰਗਾ ਬੀਬੀ, ਖਿਆਲ ਰੱਖੀ ਘਰ ਦਾ, ਚੱਲੀਏ ਹੈਂ। ਖਿਆਲ ਹੈ ਖਿਆਲ ਆ, ਹੋਰ ਕੰਮ ਜ਼ਿਆਦਾ ਆਈ ਜਾਂਦੇ ਜਿਉਂ ਜਿਉਂ ਵਿਆਹ ਨੇੜੇ ਆਉਂਦਾ। ਚਲੋ ਲਓ ਵੀ ਬਣ ਗਏ ਡਾਕੂ, ਹਾਂ ਚਾਹ ਪੀ ਜਾਂਦੇ ਹੋ, ਕੰਮ ਕਰ ਲਿਆ ਉਧਰ। ਮੰਮੀ ਨਿਕਲਦੀ ਨੀ, ਪਤਾ ਨੀ ਅਲਮਾਰੀ ਚ ਕੀ ਕਰੀ ਜਾਂਦੀ ਆ, ਵਾਧੂ ਕੰਮ ਹੈ। ਮੰਮੀ ਮੇਕਅਪ ਕਰਦੀ ਆ, ਮੰਮੀ ਭਾਈ ਮੰਮੀ ਮੇਕਅਪ ਲੱਗੀ ਆ ਕਰਨ। ਲਓ ਵੀ ਇੱਧਰ ਚੱਲਦੀ ਆ ਡੈਕੋਰੇਸ਼ਨ, ਚੁੰਨੀਆਂ ਬੰਨੀਆਂ ਜਾ ਰਹੀਆਂ ਕਹਿੰਦੇ ਚੁੰਨੀਆਂ। ਇੱਕ ਫਿਰੋਜੀ ਜੀ ਉਹ ਫਿਰਦੀ ਆ, ਉੱਥੇ ਤਾਂ ਮਹਿੰਦੀ ਜੀ ਸੀਗੀ ਯਾਰ ਮੇਰੇ ਕਮਰੇ ਚ ਲੱਗੇ ਹੋਏ ਲਾਉਣ, ਉਹਦੇ ਮਹਿੰਦੀ ਆ ਵੀ ਹੈਗੀ ਆ, ਲੈ ਹੋਰ ਹਲੇ ਵੀ ਮੇਰਾ ਉਹ। ਲਓ ਵੀ ਮੈਂ ਤੇ ਮੰਮੀ ਤਾਂ ਨਿਕਲੀ ਸੀ ਕੰਮ, ਇਹਨਾਂ ਦਾ ਜੀ ਨੀ ਲੱਗਿਆ, ਮਗਰ ਹੀ ਆਉਂਦੀਆਂ ਨੇ। ਇਹਨਾਂ ਨੇ ਵੀ ਜਵੈਲਰੀ ਖਰੀਦਣੀ ਸੀ, ਅਸਤਾਬ ਦੀ ਖਰੀਦ ਲਈ, ਮਹਿਕ ਦੀਆਂ ਆ ਮੰਮੀ ਦੇ ਲਾ ਲੈ ਲਓ ਵੀ ਕਹਿੰਦੇ ਪ੍ਰੈਸ ਵਾਲੇ ਕੱਪੜੇ ਆ ਗਏ ਗੱਡੀ ਭਰ ਕੇ। ਹੋ ਗਏ ਲਓ ਗਾਠੜੀਆਂ ਤੇ ਗਾਠੜੀਆਂ, ਓ ਮਾਈ ਗੋਡ, ਟੇਚੀ ਟੂਚੀ ਵੀ ਪਏ ਨੇ ਕਹਿੰਦੇ 80 ਨਗ ਹੋ ਗਏ ਭਾਈ, 80 ਨਗ ਹਾਂ, 80 ਜੋੜੇ ਕੱਪੜੇ ਕਰਾਏ ਨੇ ਪ੍ਰੈਸ ਆਪਾਂ, ਜੋੜੇ ਨਹੀਂ ਜੋੜੇ 40 ਬਣਦੇ ਨੇ, ਹਾਂ ਕੱਲਾ ਕੱਲਾ ਨਗ 80 ਹੋ ਗਏ ਉਧਰੋਂ ਹੱਥੇ ਨੂੰ ਕਰਤਾ ਕਰਤਾ, ਉਹੀ ਕੰਮ ਹੈ ਜੀ ਤੋਂ ਮੈਂ ਦੱਸਦਾ ਸੀ। ਚਲੋ ਜੀ ਆ ਵੀ ਕੱਢ ਲਓ, ਗੱਗੀ ਦੇ ਖੋਲ ਕੇ ਟਾਕੀ ਦੇਖ ਕੇ ਬੰਦ ਕਰਤੇ। ਲਓ ਜੀ ਕਿਵੇਂ ਕੱਢਣੇ ਨੇ, ਮੈਂ ਡਰ ਗਈ ਮਾਂ ਕਿਤੇ ਨਹੀਂ ਗਈ, ਕਿਵੇਂ ਕੱਢਣੇ ਚੱਕਣੇ ਨੇ ਹੱਥਾਂ ਨਾਲ, ਮੈਂ ਕਿ ਚੱਕ ਹੂ ਇਸ ਗੇਟ ਖੋਲ ਦੇ। ਲਓ ਵੀ ਕੱਪੜੇ ਸਾਰੇ ਪਹੁੰਚ ਗਏ, ਹੁਣ ਫਿਰ ਇਹਨਾਂ ਨੂੰ ਆ ਕੇ ਚੈੱਕ ਕਰਦੇ ਆ ਟੇਚੀ ਜੇ, ਪਤਾ ਇਹ ਕੁੜਤੇ ਪਜਾਮੇ ਨੇ ਜਾਗੋ ਵਾਲੇ ਕਿਹੜੇ ਕਿਹਦੇ ਹੈਗੇ, ਸਾਰੇ ਡਿਲੀਵਰ ਕਰਦੇ ਆ ਹਜੇ। ਟੇਚੀ ਅੰਦਰੇ ਇੱਥੇ ਕੀ ਰੱਖਤਾ, ਗਾਹ ਨੀ ਕਰਨਾ ਇਹ, ਇੱਕ ਟੇਚੀ ਆ ਪਿਆ ਇੱਧਰ ਜ਼ੋਰ ਪਿਆ ਪਿਆ ਫ੍ਰਿਜ ਚੋਂ ਲੱਭਦੇ ਨੇ ਖਾਣ ਨੂੰ ਕੁਛ, ਮੈਨੂੰ ਲੱਗਦਾ। ਲਓ ਵੀ ਆਪਾਂ ਜਾਣਾ ਖੰਨੇ ਨੂੰ ਹੁਣ, ਕਹਿੰਦੇ ਥੋੜਾ ਜਿਹਾ ਸਮਾਨ ਰਹਿੰਦਾ ਆਪਣਾ, ਉਹ ਲੈ ਕੇ ਆਉਣਾ ਪਹਿਲਾਂ ਆਪਾਂ ਸਲਾਣੇ ਕੀ ਤੋਂ ਤੇ ਨਹੀਂ ਕਾਹ ਨੂੰ ਨਹੀਂ ਮਿਲਣਾ, ਮਿਲਣੇ ਫਿਰ ਕੀ ਕਿਹੜੇ ਜਿਹੜੇ ਦਿੱਤੇ ਨੇ ਉਹਨੂੰ ਪ੍ਰੈਸ ਕਰਕੇ ਆਉਣ ਨੂੰ। ਲਓ ਵੀ ਚੱਲੇ ਆਪਾਂ ਖੰਨੇ ਨੂੰ, ਛਾਤਰੀਆਂ ਲੱਗ ਗਈਆਂ ਕਹਿੰਦੇ ਉੱਪਰ ਉਹ ਸਿਖਰ ਤੇ। ਚਲੋ
ਚੱਲੀਏ ਭਾਈ। ਲਓ ਵੀ ਸਭ ਤੋਂ ਪਹਿਲਾਂ ਆਪਾਂ ਇੱਕ ਚੀਜ਼ ਲੈ ਲਈ ਜਿਹੜੀ ਬਹੁਤ ਜ਼ਰੂਰੀ ਸੀ, ਬਾਲੀ ਜ਼ਰੂਰੀ ਸੀ ਜਿਹੜੀ ਕੱਲ ਨੂੰ ਆਊਗੀ। ਕੱਜਾ ਕੰਮ ਬੜਿਆ ਹੋਇਆ ਸੀ ਉਹਦਾ, ਜ਼ਰੂਰੀ ਸੀ ਅਲਮਾਰੀ। ਹੁਣ ਤੇ ਦਿਖਾਵਾਂਗੇ, ਅਲਮਾਰੀ ਲੈ ਲਈ, ਨਵਾਂ ਬੈੱਡ ਲੈ ਲਿਆ ਆਪਾਂ, ਨਵੀਂ ਅਲਮਾਰੀ ਲੈ ਲਈ ਆਪਾਂ, ਨਵੀਂ ਅਲਮਾਰੀ। ਹਾਂ ਥੋੜਾ ਜਿਹਾ ਸਮਾਨ ਆਪਾਂ ਵਿਆਹ ਤੋਂ ਬਾਅਦ ਲਵਾਂਗੇ ਹਨਾ। ਲੋ ਵੀ ਪਹੁੰਚ ਗਏ ਆਪਾਂ ਖੰਨੇ, ਗੱਡੀ ਲਗਾ ਤੀ ਪਾਰਕਿੰਗ ਦੇ ਵਿਚ, ਹੁਣ ਆਪਾਂ ਜਾਣਾ ਬਾਜ਼ਾਰ ਚ। ਸ਼ਾਮ ਟਾਈਮ ਖੰਨੇ ਚ ਵੀ ਭੀੜ ਬਹੁਤ ਹੋ ਜਾਂਦੀ ਆ, ਭੀੜ ਬਹੁਤ ਆ ਨਾ, ਗੱਡੀ ਬਹੁਤ ਆਈ ਹੋਈ ਆ। ਫਿਰ ਕੱਲ ਨੂੰ ਪਹਿਲਾਂ ਨਰਾਤਾ, ਆ ਗਏ ਬਾਜ਼ਾਰ ਚ। ਜੁੱਤੀ ਦੇਖ ਲਈਏ ਪਹਿਲਾਂ, ਫਿਰ ਜੁੱਤੀ ਦੇਖ ਲਈਏ ਕੀ ਦੇਖਣੀ ਆ। ਹੈ ਨਾ ਜਿਹੜੀ ਮਰਜ਼ੀ ਮਿਲ ਜਾਵੇ ਇਹਨੂੰ ਫਿੱਟ ਹੋਣੀ ਚਾਹੀਦੀ ਆ। ਆ ਦੇਖ ਲਾ ਬਲੈਕ, ਤਿੱਖੀ ਜੀ ਨਾ ਹੋਵੇ ਮੂਹਰੋਂ, ਕਹਿੰਦੀ ਘੁੱਟਦੀ ਆ। ਮੰਮੀ ਦੀ ਵਾਰੀ ਆ ਗਈ, ਅੰਦਰ ਵੀ ਚਮੜਾ ਲੱਗਿਆ ਜੀ ਇਹਨੂੰ। ਲਓ ਵੀ ਸਮਾਨ ਖਰੀਦ ਕੇ ਹੋਰ ਅੱਗੇ ਵੱਲ ਨੂੰ ਵੱਧਦੇ ਹੋਏ ਆਪਾਂ। ਹੁਣ ਕਿਹਦੀ ਗਿਆ ਕੀ ਆ, ਆ ਜਾਓ ਆ ਜਾਓ ਆ ਜਾਓ ਜੀ ਆ ਜਾਓ। ਲਓ ਵੀ ਇੰਨੀ ਸਾਰੀ ਸ਼ੋਪਿੰਗ ਕਰ ਲਈ ਅੱਜ ਆਪਾਂ ਨੇ ਫੇਰ ਤੋਂ। ਆ ਮੈਪ ਵਿੱਚ ਆ ਫੋਨ ਉਹਦੇ ਬੈਗ ਦੇ, ਦੇਖੋ ਰਾਤ ਦਾ ਬਾਜ਼ਾਰ ਖੰਨੇ ਦਾ। ਸਹੀ ਗੱਲ ਆ, ਮੈਡਮ ਨਹੀਂ ਖੜੇ ਹੋਊਗੇ ਪੈਰ ਤੇ, ਜਦ ਵਜਣ ਪੈਣਾ। ਲੋ ਵੀ ਲੈ ਲਈਆਂ ਹੋਰ ਜੁੱਤੀਆਂ, ਚਲੋ ਹੁਣ ਘਰ ਨੂੰ ਚੱਲੀਏ। ਹਾਂਜੀ ਲਓ ਵੀ ਆਪਾਂ ਆ ਗਏ ਫਰੂਟ ਵਾਲਿਆਂ ਦੇ, ਟੋਕਰੀ ਤਿਆਰ ਕਰਵਾਉਣੀ ਆ ਫਰੂਟਸ ਦੀ, ਦੇਖਦੇ ਆ ਕੀ ਪਾਉਂਦੇ ਆ। ਫਰੂਟ ਸਾਰੇ ਲੱਗੇ ਹੋਏ ਨੇ ਫ੍ਰਿਜ, ਰਜਾਈਆਂ ਚ ਪਏ ਨੇ, ਰਜਾਈਆਂ ਚ ਗੁਆਵੇ ਹੋਣੀ ਹੈਗਾ ਹੈਗਾ। ਆਪਾਂ ਕਰਾਇਆ ਓਰੀਓ ਸ਼ੇਕ, ਲਓ ਵੀ ਚੱਲੇ ਆਪਾਂ ਹੁਣ। ਹਾਂ ਬਹੁਤ ਹੋ ਗਿਆ ਮੱਛਰ ਜਿਹਾ, ਫਰੂਟਾਂ ਦੀ ਟੋਕਰੀ ਵੀ ਆਪਾਂ ਕਰਾ ਲਈ ਪੈਕ। ਲਓ ਜੀ ਲਓ ਵੀ ਆ ਗਏ ਘਰ, ਮੇਰੇ ਤੋਂ ਬਿਨਾਂ ਸ਼ੋਪਿੰਗ ਕਿੱਥੇ ਪੂਰੀ ਹੈ ਜੀ। ਔਰ ਮਿਲਣਾ
ਅਸੀਂ ਮੇਲ ਆਏ ਆ ਆ ਮੇਲ ਆ ਗਿਆ ਮਨ ਤਾਂ ਕੀ ਚੱਕਣਾ ਰਵਿੰਦਰ ਉਧਰ ਰਹੇਗਾ ਉਧਰ ਰਹੇਗਾ ਉਧਰ ਰਹੇਗਾ ਵਿਆਹ ਮੁੰਡੇ ਨੂੰ ਬੰਨ ਲੱਗਿਆ ਇੱਧਰ ਤਾਂ ਭੂਤ ਬੈਠੇ ਨੇ ਆ ਕੀ ਹੋ ਰਿਹਾ ਆਇਆ ਤੁਸੀਂ ਕੀ ਕਰਦੇ ਆ ਲੈ ਲਓ ਵੀ ਟਾਈਮ 12 ਵੱਜ ਗਏ ਤੇ ਆ ਮੁੰਡੇ ਨੂੰ ਵੀ ਨੀਂਦ ਨਹੀਂ ਆਉਂਦੀ ਮੇਰੇ ਨਾਲੇ ਕਿੰਨੇ ਘੰਟੇ 4 ਘੰਟੇ ਨੂੰ ਉੱਠ ਖੜਨਾ ਲੈ ਤੇ 4 ਘੰਟੇ ਨੂੰ ਅਸੀਂ ਫੇਰ ਉੱਠਣਾ 4 ਵਜੇ ਜੋਬਨ ਨੂੰ 4 ਵਜੇ ਠਾਲਣਾ ਮੈਂ ਕਿਉਂਕਿ ਆਪਾਂ ਜਾਣਾ ਹੈ ਕੱਲ ਸ਼ਗਨ ਲਈ ਹੈ ਨਾ ਜਗਨ ਤੇ 4 ਵਜੇ ਉੱਠ ਕੇ ਰੈਡੀ ਸ਼ੈਡੀ ਵੀ ਹੋਣਾ ਬੱਚਿਆਂ ਨੂੰ ਤਿਆਰ ਕਰਨਾ ਤੇ ਫਿਰ 6 ਵਜੇ ਤੁਰਨਾ ਹੈ ਚਲੋ ਜੀ ਚਲੋ ਪੈ ਜਾਓ ਚਾਹ ਪਾਣੀ ਦਿਓ ਫਿਰ ਉੱਠ ਕੇ ਹਾਂ ਸੋ ਚਲੋ ਜੀ ਮਿਲਦੇ ਹਾਂ ਫਿਰ ਕੱਲ ਦੀ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਿਆਹ ਵਾਲੇ ਸੋਹਣੇ ਸੋਹਣੇ ਬਲੌਗ ਦੇਖਣ ਦੇ ਲਈ ਥੈਂਕ ਯੂ ਗੁੱਡ ਨਾਈਟ ਜ਼ਰੂਰ ਕਰੋ ਥੈਂਕ ਯੂ ਬਾਏ ਬਾਏ ਟਾਟਾ ਇਨ ਦ ਬਾਏ